नंगल पाखड़ा रोड मेन मार्केट फाटक दे कोल होया वड्डा हादसा। अणपछाते वाहन वालों समाज सेवी कमली पोली नूं टक्कर मार के कीता बुरी तरह जख्मी। मिली जानकारी मुताबक अज सवेर दे समय जिस वक्त समाज सेवी कमल पोली दुध देन जा रहा सी तां मेन मार्केट रेलवे फाटक कोल काफी तेजी नाल आ रही एक एसयूवी गड्डी वालों उस नूं बुरी तरह टक्कर मार दित्ती गई अते काफी दूर तक गड्डी सवार एक्टिवा चालक नूं मार्ग उपर कलीसदा लै गया, जिस नूं स्थानक लोकां दी मदद नाल उपचार हेतु सिविल हस्पताल पहुंचाया गया। गनीमत रही कि जख्मी दी जान बच गई पर ओह गंभीर रूप विच जख्मी हो गया। दस्या जा रहा है कि गड्डी चालक एक्टिवा सवार नूं टक्कर मार के मौके तों फरार हो गया, जबकि स्थानक लोकां वल्लों गड्डी दा नंबर नोट करके पुलिस प्रशासन दे दित्ता गया है। ਇਹਦਾ ਨਾਮ ਕਮਲਦੀਪ ਭੋਲੀ ਹੈ। ਇਹ ਸਾਡੇ ਪੁਰਾਣੇ ਗੁਰਦੁਆਰੇ ਰਹਿੰਦਾ, ਸਮਾਜ ਸੇਵੀ ਹੈ, ਪਸ਼ੂਆਂ ਦਾ ਕੰਮ ਕਰਦਾ, ਲੋਕਾਂ ਦੀ ਸੇਵਾ ਕਰਦਾ। ਅੱਜ ਸਵੇਰੇ ਕੋਈ 7 ਵਜੇ ਕਹਿੰਦੇ ਨਿਕਲਿਆ ਘਰੋਂ, ਇਹ ਕੋਈ ਐਕਸਯੂਵੀ ਗੱਡੀ ਹੈ ਜਿਹਦਾ ਨੰਬਰ PV08-3271 ਹੈ ਮੇਰੇ ਖਿਆਲ 'ਤੇ, ਅਤੇ ਕੁਛ ਵਿੱਚ ਹੈਗਾ ਵੀ ਆ ਗੱਡੀ ਦੀ ਟਰੇਸਿੰਗ 'ਤੇ ਲੱਗੇ ਹੋਏ ਅਸੀਂ ਵੀ, ਅਤੇ ਇਹਦੇ ਸੱਟ ਕਾਫੀ ਗੁੱਝੀਆਂ ਲੱਗੀਆਂ ਹੋਈਆਂ ਹੈ। ਅਤੇ ਅਸੀਂ ਤਾਂ ਇਹੀ ਮੰਗ ਕਰਦੇ ਹਾਂ ਪ੍ਰਸ਼ਾਸਨ ਕੋਲੋਂ ਕੈਮਰੇ ਦੇਖੇ ਜਾਵੇ ਕੌਣ ਹੈ ਬੰਦਾ ਜਿਹਨੇ ਐਡੀ ਵੱਡੀ ਹਰਕਤ ਕੀਤੀ, ਕਾਫੀ ਦੂਰ ਤੱਕ ਇਹਨੂੰ ਘਸੀਟਦੇ ਲੈ ਗਿਆ। ਅਸੀਂ ਤਾਂ ਇਹੀ ਮੰਗ ਕਰਦੇ ਕਿ ਇਹਨੂੰ ਨਿਆਂ ਮਿਲਿਆ ਜਾਵੇ। ਲੋਕਾਂ ਦੀ ਸੇਵਾ ਵੀ ਕਰਦਾ ਹੈ, ਸਮਾਜ ਸੇਵਕ ਹੈ ਸਾਰਾ, ਵੈਸੇ ਵੀ ਇਹਦੇ ਨਾਲ ਖੜੇ ਵੀ ਅਸੀਂ ਖੜੇ ਵੀ ਆ ਮੱਲਾ ਸਾਰਾ। ਗੱਡੀ ਇੱਦਾਂ ਤੇਜ਼ ਚਲਾਉਂਦੇ ਜਾਂਦਾ ਉਸ ਰੋਡ 'ਤੇ ਮਹਾਜ ਮਾਰਕੀਟ ਰੋਡ 'ਤੇ, ਕੀ ਕਹਿਣਾ ਚਾਹੋਗੇ? ਅਸੀਂ ਤਾਂ ਕਹਿਣਾ ਚਾਹੀਦਾ ਇਹਦੇ ਲਈ ਕੋਈ ਖਾਸ ਪ੍ਰਬੰਧ ਕਰਨਾ ਚਾਹੀਦਾ ਪ੍ਰਸ਼ਾਸਨ ਨੂੰ ਕਿ ਉੱਥੋਂ ਬਿਲਕੁਲ ਹੌਲੀ ਨਿਕਲੇ, ਕਿਉਂਕਿ ਵੈਸੇ ਟ੍ਰੈਫਿਕ ਬਹੁਤ ਹੁੰਦਾ ਹੈ। ਇਸ ਲਈ ਅਸੀਂ ਤਾਂ ਮੰਗ ਇਹੀ ਕਰਦੇ ਹਾਂ ਪ੍ਰਸ਼ਾਸਨ ਨੂੰ ਵੀ ਬਿਲਕੁਲ ਹੌਲੀ ਚੱਲਿਆ ਜਾਵੇ ਉੱਥੋਂ। ਮੈਂ ਕਰਦਾ। ਹਾਂਜੀ, ਪੂਰਾ ਨਾਮ ਕੀ ਹੈ? ਭੋਲੀ ਹੈ ਤੁਹਾਡਾ? ਮੇਰਾ ਅਸ਼ੋਕ ਰਾਣਾ ਜੀ। ਅਸ਼ੋਕ ਰਾਣਾ ਜੀ, ਕੀ ਹੋ ਗਿਆ ਸਾਰੀ ਗੱਲਬਾਤ? ਇਹ ਸਵੇਰੇ ਦੁੱਧ ਦੇਣ ਜਾ ਰਹੇ ਸੀਗੇ ਅਤੇ ਗੱਡੀ ਆਈ ਬਹੁਤ ਜ਼ਿਆਦਾ ਸਪੀਡ 'ਚ ਅਤੇ ਐਕਟਿਵਾ 'ਤੇ ਸੀਗੇ ਆਪਣੇ 'ਤੇ, ਅਤੇ ਬਸ ਉਹ ਆਉਂਦੇ ਮਤਲਬ ਕੋਈ ਕੱਟ ਕੁੱਟ ਮਾਰ ਕੇ ਬਸ ਫਿਰ ਉਹ ਇਹਨਾਂ ਨੂੰ ਨਾਲ ਹੀ ਘਸੀਟਦਾ ਹੀ ਲੈ ਗਿਆ, ਔਰ ਫਿਰ ਦੇਖਿਆ ਵੀ ਨਹੀਂ ਔਰ ਰੁਕਿਆ ਵੀ ਨਹੀਂ ਬੰਦਾ ਉਹ। ਕਿੱਥੇ ਹੈ, ਕਿੱਥੇ ਹੋਇਆ? ਇਹ ਹੋਇਆ ਆਪਣਾ ਫਾਟਕ ਦੇ ਕੋਲ, ਮੇਨ ਮਾਰਕੀਟ ਦੇ ਕੋਲ। ਗੱਡੀ ਕਿਹੜੀ ਸੀ? ਗੱਡੀ ਨਹੀਂ ਸਪੀਡ 'ਚ ਸੀਗੀ ਅਤੇ ਕਿਸੇ ਨੇ ਨੋਟਿਸ ਵੀ ਨਹੀਂ ਕੀਤਾ ਇੰਨਾ ਵੀ ਕਿਹੜੀ ਗੱਡੀ ਸੀਗੀ। ਹਾਲਾਤ ਕਿੱਦਾਂ? ਹਾਲਾਤ ਠੀਕ ਹੈ। ਹਾਂਜੀ, ਮੰਗ ਕਿਆ ਕਰਦੇ? ਨਹੀਂ ਮੰਗ ਕੀ ਹੈ, ਇੰਨੇ ਸਪੀਡ ਬ੍ਰੇਕਰ ਹੈ ਯਾਰ, ਲੇਕਿਨ ਮਤਲਬ ਸਵੇਰ ਸਵੇਰ ਦਾ ਟਾਈਮ ਹੈ, ਕੋਈ ਟ੍ਰੇਨਾਂ ਉਹ ਵੀ ਨਹੀਂ ਹੈ, ਅਤੇ ਜਿਹੜੀਆਂ ਇਹ ਮਤਲਬ ਲੋਕ ਸਪੀਡਾਂ ਚੈੱਕ ਕਰਦੇ ਗੱਡੀਆਂ ਦੀਆਂ ਉਹ ਗਲਤ ਹੈ। ਆਪਣਾ ਸੰਭਲ ਕੇ ਚੱਲਣ ਅਤੇ ਦੂਸਰੇ ਦੀ ਵੀ ਜਾਣ ਹੈ। ਹੁਣ ਇਹ ਇਕੱਲਾ ਬੰਦਾ ਵਿਚਾਰਾ ਔਰ ਇਹ ਸੋਸ਼ਲ ਵਰਕਰ ਹੈ, ਪੂਰਾ ਸ਼ਹਿਰ ਵਿਚਾਰਾ ਇਹਦੀਆਂ ਤਾਰੀਫਾਂ ਕਰਦਾ ਔਰ ਇਹ ਮਤਲਬ ਇੰਨਾ ਵਧੀਆ ਬੰਦਾ ਹੈ ਇਹ, ਅਤੇ ਹਰ ਕਿਸੇ ਦੇ ਨਾਲ ਕੰਮ ਆਉਣ ਵਾਲਾ ਬੰਦਾ ਵਿਚਾਰਾ, ਔਰ ਇਹ ਇਕੱਲਾ ਘਰ 'ਚ ਹੈ ਅਤੇ ਸਾਰਾ ਕੁਛ ਇਹਦੇ ਉੱਪਰ ਡਿਪੈਂਡ ਹੈ। ਹੁਣ ਇਹ ਵਿਚਾਰਾ ਮਤਲਬ ਬੈੱਡ ਦੇ ਉੱਪਰ ਆ ਗਿਆ, ਇਹ ਪਹਿਲੇ ਵੀ ਇੱਕ ਵਾਰੀ ਇਸ ਤਰ੍ਹਾਂ ਇਹਦਾ ਵਿਚਾਰੇ ਦਾ ਐਕਸੀਡੈਂਟ ਹੋਇਆ ਅਤੇ ਹੁਣ ਇਹ ਦੂਸਰੀ ਵਾਰੀ ਫਿਰ ਇਹਦਾ ਚਾਂਸ ਹੋ ਗਿਆ। ਇਹ ਤੁਸੀਂ ਪੁਲਿਸ ਕਿਉਂ ਮੰਗ ਕਰਦੇ ਜਿਹੜੇ ਨਜਾਇਜ਼ ਗੱਡੀ ਇੱਦਾਂ ਚਲਾਉਂਦੇ ਨੱਠ ਕੇ, ਉਹਨਾਂ ਦੇ ਪਕੜਨੇ ਚਾਹੀਦੇ? ਨਹੀਂ ਬਿਲਕੁਲ ਜੀ, ਹੋਣੇ ਚਾਹੀਦੇ ਆ। ਹੁਣ ਇਹ ਕੈਮਰੇ ਲੱਗੇ ਹੋਏ, ਕੈਮਰਿਆਂ ਦੇ ਉੱਪਰ ਕੈਪਚਰ ਕਰਨਾ ਚਾਹੀਦਾ ਉਹ ਗੱਡੀ ਵਾਲੇ ਨੂੰ ਵੀ, ਅਤੇ ਔਰ ਮਤਲਬ ਉਹਨੂੰ ਮਤਲਬ ਪਨਿਸ਼ਮੈਂਟ ਮਤਲਬ ਮਿਲਣੀ ਚਾਹੀਦੀ ਉਹਨੂੰ ਵੀ। ਕਿਆ ਨਾਮ ਹੈ? ਕਿਹਦਾ? ਤੇਰਾ? ਮੇਰਾ ਨਾਮ ਸ਼ਾਮ ਹੈ ਭਾਜੀ। ਸ਼ਾਮ ਜੀ, ਕਿਆ ਹੋਇਆ ਇੱਥੇ, ਹਾਦਸਾ ਕਿੱਦਾਂ ਹੋਇਆ? ਇੱਧਰੋਂ ਨਾ ਗੱਡੀ ਬੜੀ ਤੇਜ਼ ਆ ਰਹੀ ਸੀਗੀ, ਗੱਡੀ ਤੇਜ਼ ਆ ਕੇ ਨਾ ਉਹ ਵਿਚਾਰਾ ਇੱਧਰ ਨੂੰ ਪਤਾ ਨਹੀਂ ਮੁੜਨ ਲੱਗੇ, ਵਿੱਚ ਮਾਰ ਕੇ ਉਹ ਗੱਡੀ ਵਾਲਾ ਸਿੱਧਾ ਹੀ ਨੱਠ ਗਿਆ। ਲਾਲ ਰੰਗ ਦੀ ਗੱਡੀ ਹੈ ਪਿੱਛੇ, ਉਹਦਾ ਲਾਲ ਨਹੀਂ ਸਿਲਵਰ ਕਲਰ ਦੀ ਗੱਡੀ ਹੈ, ਉਹਦੇ ਪਿੱਛੇ ਲਾਲ ਰੰਗ ਦਾ ਨਿਸ਼ਾਨ ਹੈ, ਸਿੱਧੇ ਹੀ ਨਿਕਲ ਗਿਆ ਹੋਇਆ ਗੱਡੀ ਵਾਲਾ। ਕਿੰਨੀ ਕੁ ਤੇਜ਼ ਸੀਗਾ? ਬਹੁਤ ਤੇਜ਼ ਸੀਗਾ ਜੀ ਗੱਡੀ ਵਾਲਾ। ਬੰਦੇ ਦਾ ਹਾਲਾਤ ਕਿੱਥੇ ਤੱਕ ਲੈ ਕੜੀ ਦਾ, ਗੱਡੀ ਦਾ? ਬਸ ਉਹਦੇ ਜੀ ਗੱਡੀ ਤਾਂ ਐਕਟਿਵਾ ਤਾਂ ਟੁੱਟ ਗਈ ਸਾਰੀ, ਬਾਕੀ ਉਹਦੇ ਸਿਰ 'ਚ ਨਾ ਥੋੜ੍ਹੀ ਜਿਹੀ ਇੱਥੇ ਜ਼ਿਆਦਾ ਖੂਨ ਖਾਨ ਜੇ ਆ ਗਏ ਭਾਜੀ ਉਹਨਾਂ ਦੇ ਬਹੁਤ ਜ਼ਿਆਦਾ। ਕਿਆ ਕਹਿਣਾ ਚਾਹੁੰਦੇ ਤੁਸੀਂ, ਕਿੱਦਾਂ ਗੱਡੀ ਉੱਧਰ ਦੀ ਜਿਹੜੀ ਆਉਂਦੇ ਬਾਹਰ ਲੋਕ? ਬਾਹਰੋਂ ਬਹੁਤ ਫਾਸਟ ਦੀ ਜੀ ਉਹ ਗੱਡੀ, ਉਹਨਾਂ ਨੇ ਨਸ਼ਾ ਨੁਸ਼ਾ ਹੀ ਕੋਈ ਕੀਤਾ ਹੋਇਆ ਤਾਂ ਭਾਜੀ ਬਹੁਤ ਫਾਸਟ ਲੈ ਕੇ ਆਇਆ ਗੱਡੀ।